SKM ਦੇ ਸੱਦੇ ਤੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਨੇ ਸੜਕਾਂ ਦੇ ਉੱਪਰ ਟਰੈਕਟਰ ਲਾ ਕੇ ਐਗੀਟੇਸ਼ਨ ਕੀਤਾ। ਸੁਨੇਹਾ ਸਾਫ਼ ਹੈ ਕਿ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇ ਖਿਲਾਫ਼ ਆਪਣੀਆਂ ਮੰਗਾਂ ਮਨਵਾਉਣ ਨੂੰ ਲੈ ਕੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਐਗੀਟੇਸ਼ਨ ਕਰ ਰਹੇ ਨੇ। ਪਰ ਅੱਜ ਕਿਸਾਨਾਂ ਵੱਲੋਂ SKM ਨੇ ਕਾਲ ਦਿੱਤੀ ਸੀ ਕਿ ਸੁਬਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਦੇਸ਼ ਭਰ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਟਰੈਕਟਰਾਂ ਨੂੰ ਸੜਕਾਂ 'ਤੇ ਲੈ ਕੇ ਉਤਰਨਗੇ ਪਰ ਟਰੈਕਟਰ ਚਲਾਉਣਗੇ ਨਹੀਂ। ਤੁਸੀਂ ਵੇਖ ਸਕੋ ਤਸਵੀਰਾਂ 'ਚ ਕਿ ਲੰਬੀਆਂ ਲਾਈਨਾਂ ਨੇ ਜਿਹੜੀਆਂ ਟਰੈਕਟਰਾਂ ਦੀਆਂ ਸੜਕਾਂ ਦੇ ਉੱਪਰ ਖੜੀਆਂ ਨਜ਼ਰ ਆ ਰਹੀਆਂ ਨੇ। ਸੁਨੇਹਾ ਇੱਕੋ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾ ਸਕਣ ਇੱਕ ਪਾਸੇ। ਦੂਸਰੀਆਂ ਜਥੇਬੰਦੀਆਂ ਵੱਲੋਂ ਮੋਰਚਾ ਹੈ ਉਹ ਲਗਾਤਾਰ ਜਾਰੀ ਹੈ, ਪਰ ਦੂਸਰੀਆਂ ਸਹਿਯੋਗੀ ਜਥੇਬੰਦੀਆਂ ਨੇ ਉਹ ਕਿਤੇ ਨਾ ਕਿਤੇ ਆਪਦੇ ਤਰੀਕੇ ਦੇ ਨਾਲ ਐਗੀਟੇਸ਼ਨ ਕਰ ਰਹੀਆਂ ਨੇ। ਕਿਸਾਨ ਆਗੂ ਆਪਣੇ ਨਾਲ ਨੇ। ਮਾਨ ਸਾਹਿਬ, ਸੁਨੇਹਾ ਕੀ ਅੱਗੇ ਦੇ ਐਗੀਟੇਸ਼ਨ ਦਾ? ਟਰੈਕਟਰ ਹੈ, ਸੜਕਾਂ 'ਤੇ ਲਾਤੇ ਆ ਤੁਸੀਂ, ਸੁਨੇਹਾ ਕੀ ਦੇਸ਼ ਭਰ ਦੇ ਵਿੱਚ ਦੇ ਰਹੇ ਹੋ? ਦੇਖੋ, ਪਹਿਲਾ ਸੁਨੇਹਾ ਤਾਂ ਸਾਡਾ ਮੁੱਖ ਅੱਜ SKM ਵੱਲੋਂ ਸਾਰੇ ਦੇਸ਼ ਭਰ ਦੇ ਵਿੱਚ ਸਾਰੇ ਆਪੋ ਆਪਣੇ ਕਸਬਿਆਂ 'ਚ ਵੱਡੇ ਹਾਈਵਿਆਂ 'ਤੇ ਟਰੈਕਟਰ ਖੜਾ ਕੇ ਰੋਸ ਕਰਨਾ ਹੈ, ਕਿਉਂਕਿ ਅੱਜ ਜਿਹੜੇ ਸਾਰੇ ਕਲੇਸ਼ਾਂ ਦੀ ਜੜ੍ਹ ਆ WTO ਦੀ ਅੱਜ ਮੀਟਿੰਗ ਹੋ ਰਹੀ ਆ ਅਬੂਧਾਬੀ ਦੇ ਵਿੱਚ, ਦੁਬਈ ਦੇ ਵਿੱਚ। ਉਹਦੇ ਰੋਸ ਵਜੋਂ ਪਹਿਲਾਂ ਤੋਂ ਲਗਾਤਾਰ ਜਦੋਂ ਦੀ WTO ਹੋਂਦ 'ਚ ਆਈ ਆ ਉਹਦੀਆਂ ਨੀਤੀਆਂ ਨੇ ਦੇਸ਼ ਦੇ ਕਿਰਤੀ ਲੋਕਾਂ ਨੂੰ ਖੁੰਗਲ ਕਰਨਾ ਸ਼ੁਰੂ ਕੀਤਾ ਹੋਇਆ। ਇਸੇ ਕਰਕੇ ਅੱਜ ਜੇ ਦਿੱਲੀ ਅੰਦੋਲਨ ਦੇ ਵਿੱਚ MSP ਨਹੀਂ ਮਿਲ ਰਹੀ ਸਾਨੂੰ, ਉਹਦਾ ਕੋਈ ਕਾਨੂੰਨ ਨਹੀਂ ਬਣ ਰਿਹਾ, ਉਹਦਾ ਵੱਡਾ ਡਿੱਕਾ ਇਹੋ ਆ, ਕਿਉਂਕਿ ਅੱਜ ਹੋਣ ਵਾਲੀ WTO ਦੀ ਮੀਟਿੰਗ ਦੇ ਵਿੱਚ ਵੀ ਏਜੰਡਾ ਹੈ ਵੀ ਜਿਹੜੀ MSP ਵਾਲਾ ਝਾਂਜੜਾ ਇਹਨੂੰ ਤੁਸੀਂ ਮੁਕਾਓ, ਬੰਦ ਕਰੋ, ਖਰੀਦ ਬੰਦ ਕਰੋ, ਖੁੱਲ੍ਹੀ ਮੰਡੀ ਕਰੋ, ਕਾਰਪੋਰੇਟਾਂ ਨੂੰ ਜਾਣੀ ਸਾਰਾ ਕਾਰੋਬਾਰ ਸੰਭਾਓ। ਇਸ ਕਰਕੇ ਪਹਿਲਾਂ ਤਾਂ ਇਹ ਹੈ ਵੱਡਾ ਰੋਸ ਇਹਦਾ, ਨਾਲ ਹੀ ਇਹਦੇ 'ਚ ਅਸੀਂ ਦੇਸ਼ ਭਰ 'ਚੋਂ ਕਿਸਾਨ ਇਹ ਸੁਨੇਹਾ ਦੇਣਗੇ ਅੱਜ ਵੀ ਭਾਰਤ WTO ਤੋਂ ਬਾਹਰ ਆ ਗਏ। ਜਿੰਨਾ ਚਿਰ ਭਾਰਤ WTO ਤੋਂ ਬਾਹਰ ਨਹੀਂ ਆਉਂਦਾ ਉਨਾ ਚਿਰ ਸਾਡੇ ਦੇਸ਼ ਦੇ ਮਸਲੇ ਆ ਜਿਹੜੇ, ਖਾਸ ਕਰਕੇ ਸਾਡੀ ਕਿਰਤ ਆ, ਸਾਡੀ ਕਿਸਾਨੀ ਹੈ, ਸਾਡੀ ਖੇਤੀ ਹੈ, ਖੇਤੀ WTO ਦੇ ਗੁਲਾਮ ਹੈ। ਇਹ ਜਿੰਨਾ ਚਿਰ WTO ਤੋਂ ਬਾਹਰ ਨਹੀਂ ਤਾਂ ਗੁਲਾਮੀ ਨਹੀਂ ਟੁੱਟਦੀ, ਅਤੇ ਜਿੰਨਾ ਚਿਰ ਗੁਲਾਮੀ ਨਹੀਂ ਟੁੱਟਦੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਖੇਤੀ ਪ੍ਰਧਾਨ ਦੇਸ਼ ਹੈ। ਜੇ ਅੱਜ ਸਾਡੀ ਖੇਤੀ ਗੁਲਾਮ ਹੈ ਤਾਂ ਫਿਰ ਦੇਸ਼ ਦੀ ਗੁਲਾਮੀ ਤਾਂ ਉਹਦੇ ਨਾਲ ਹੈ। ਮਾਨ ਸਾਹਿਬ, ਲੱਗਦਾ ਨਹੀਂ ਵੀ ਚੋਣਾਂ ਸਿਰ 'ਤੇ ਨੇ ਐਗੀਟੇਸ਼ਨ ਕਿਸਾਨ ਪਹਿਲਾਂ ਸਟਾਰਟ ਕਰਦੇ ਤਾਂ ਦਬਾਅ ਦੁੱਗਣਾ ਪੈਣਾ ਸੀ? ਦੇਖੋ, ਕਦੋਂ ਦੀ ਹੈ, ਮੋਰਚਾ ਤਾਂ ਬੰਦ ਹੀ ਨਹੀਂ ਹੋਇਆ, ਜਦੋਂ ਦਿੱਲੀ ਅੰਦੋਲਨ ਮੁਲਤਵੀ ਕਰਕੇ ਆਏ ਹਾਂ ਦਸੰਬਰ ਤੋਂ ਲੈ ਕੇ, ਉਦੋਂ ਤੋਂ ਲੈ ਕੇ ਮੋਰਚਾ ਤਾਂ ਸ਼ੁਰੂ ਆ ਵੱਖ ਵੱਖ ਰੂਪਾਂ ਰਾਹੀਂ, ਜਿਹੜੀਆਂ ਰਹਿੰਦੀਆਂ ਮੰਗਾਂ ਦਿੱਲੀ ਅੰਦੋਲਨ ਦੀਆਂ, ਜਿਹਦੇ ਵਿੱਚ ਮੁੱਖ MSP ਬਣਿਆ ਹੋਇਆ। ਹੁਣ ਜ਼ੋਰ ਇਸ ਗੱਲ ਨੇ ਫੜ ਲਿਆ ਵੀ ਭਾਰਤ WTO ਤੋਂ ਬਾਹਰ ਆਵੇ, ਉਦੋਂ ਤੋਂ ਲੈ ਕੇ ਤੁਸੀਂ ਦੇਖਿਆ ਹੀ ਆ ਪਿਛਲੀ 26 ਜਨਵਰੀ ਨੂੰ ਕਿੰਨਾ ਟਰੈਕਟਰ ਮਾਰਚ ਪਰੇਡ ਕੀਤੀ ਹੈ ਸਾਰੇ ਮੁਲਕ ਦੇ ਵਿੱਚ, ਉਦੋਂ ਵੀ ਕੀਤੀ ਹੈ, ਉਦੋਂ ਪਹਿਲਾਂ ਵੀ ਸੱਦੇ ਆ, ਜਾਣੀ ਲਗਾਤਾਰ SKM ਲੜਾਈ ਦੇ ਮੈਦਾਨ 'ਚ ਆ, ਉਹਦੇ ਇੱਕ ਅੰਗ ਵਜੋਂ ਪਹਿਲਾਂ ਵੀ ਜਾਰੀ ਆ, ਹੁਣ ਵੀ ਜਾਰੀ ਆ ਅਤੇ ਜਾਰੀ ਰਹੂਗਾ। ਆਉਣ ਵਾਲੇ ਦੂਸਰੀ ਜਥੇਬੰਦੀਆਂ ਵੱਖਰੀਆਂ ਬੈਠੀਆਂ, ਕੋਈ ਤਾਲਮੇਲ ਦੁਬਾਰੇ ਹੋਣ ਦੀ ਕੋਈ ਸੰਭਾਵਨਾ ਹੈ ਕਿ ਵੱਖਰੇ ਵੱਖਰੇ ਲੜਾਈ ਲੜੋਂਗੇ? ਦੇਖੋ, ਸੰਭਾਵਨਾ ਕਦੇ ਇਰਾਦੇ ਨਹੀਂ ਹੁੰਦੀ, ਸਾਡਾ ਤਾਣ ਲੱਗਿਆ ਹੋਇਆ। SKM ਨੇ ਪਿਛਲੀ ਮੀਟਿੰਗ ਦੇ ਵਿੱਚ ਜਿਹੜੀ 22 ਤਰੀਕ ਨੂੰ ਮੀਟਿੰਗ ਹੋਈ ਆ, ਉਹਦੇ ਵਿੱਚ ਬਕਾਇਦਾ ਕਮੇਟੀ ਬਣੀ ਹੈ ਜਿਹਦੇ ਵਿੱਚ ਸਾਡਾ ਸੂਬਾ ਪ੍ਰਧਾਨ ਜਗਿੰਦਰ ਸਿੰਘ ਅਗਰਾਹਾਂ ਮੁੱਖ ਹੈ ਉਸ ਕਮੇਟੀ ਦਾ। ਅਸੀਂ ਸ਼ੁਰੂ ਕਰਤੀ ਆ ਉਹਨਾਂ ਨਾਲ ਜਿਹੜਾ ਰਾਊਂਡ ਆ ਉਹ ਸ਼ੁਰੂ ਕਰਤਾ, ਅੱਜ ਤੋਂ ਲੈ ਕੇ ਸਾਡੇ ਨੁਮਾਇੰਦੇ ਦਰਸ਼ਨਪਾਲ ਆਏ, ਇੱਧਰ ਹੋਰ ਨੇ ਸਾਰਿਆਂ ਨੂੰ ਕਮੇਟੀ ਨੂੰ ਮਿਲ ਕੇ ਮਿਲਣਾ ਸ਼ੁਰੂ ਕਰਤਾ। ਅੱਜ ਸੰਭਾਵਨਾ ਹੈਗੀ ਆ ਵੀ ਉਹਨੂੰ ਸਰਮਾ ਬੰਧੇਰ ਨੂੰ ਮਿਲਿਆ ਜਾ ਸਕੂਗਾ। ਕੀ ਲੱਗਦਾ ਅੱਗ ਦੇ ਸੁਨੇਹੇ ਨਾਲ ਕੋਈ ਸੁਨੇਹਾ ਜਾਊਗਾ ਸਰਕਾਰਾਂ ਤੱਕ? ਟਰੈਕਟਰ ਕਿਸਾਨਾਂ ਨੇ ਸੜਕਾਂ 'ਤੇ ਲਾ ਦੇ, ਜਿਹੜੇ ਖੇਤਾਂ ਚੱਲਦੇ ਉਹਦੀ ਸੜਕਾਂ 'ਤੇ ਖੜੇ ਆ ਜੀ। ਬਿਲਕੁਲ, ਜੋ ਅੱਜ ਦਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਜਿਹਨੂੰ ਅਸੀਂ ਸਾਰੀਆਂ ਜਥੇਬੰਦੀਆਂ ਲਾਗੂ ਕਰ ਰਹੀਆਂ, ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਵੱਲੋਂ
ਅੱਡ-ਅੱਡ ਥਾਵਾਂ 'ਤੇ ਟਰੈਕਟਰ ਹੈ ਜਿਹੜੇ ਖੜਾਏ ਹੈ, ਇਹਦੇ ਨਾਲ ਇੱਕ ਬੱਝਵਾਂ ਸੁਨੇਹਾ ਜਿਹੜਾ ਉਹ ਜਾਣਾ ਹੈਗਾ, ਉਹ ਇਸ ਗੱਲ ਕਰਕੇ ਜਾਣਾ ਹੈਗਾ ਕਿਉਂਕਿ ਜਿਹੜਾ ਅੱਜ ਦਾ ਟਰੈਕਟਰ ਮਾਰਚ ਦਾ ਜਿਹੜਾ ਮੂੰਹ ਹੈ ਦਿੱਲੀ ਵੱਲ ਕਰਕੇ ਖੜਾਏ ਜਾ ਰਿਹਾ। ਅੱਜ WTO ਦੀ ਆਬੂ ਧਾਬੂ ਦੇ ਵਿੱਚ ਮੀਟਿੰਗ ਹੋ ਰਹੀ ਹੈ, 26 ਅਤੇ 27 ਤਰੀਕ ਚੱਲਣੀ ਹੈ। ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਫੈਸਲੇ ਕੀਤੇ ਜਾਣੇ ਆ, MSP ਨੂੰ ਖਤਮ ਕਰਨ ਦੀਆਂ ਸਕੀਮਾਂ ਘੜੀਆਂ ਜਾਣੀਆਂ ਨੇ, ਜੋ ਝੂਣ ਭੂਣ ਮਿਲਦੀ ਆ ਉਹਨੂੰ ਖਤਮ ਕਰਨ ਦੀਆਂ ਸਕੀਮਾਂ ਘੜੀਆਂ ਜਾਣੀਆਂ ਨੇ। ਇਸ ਕਰਕੇ ਅੱਜ ਦਾ ਜਿਹੜਾ ਇਹ ਟਰੈਕਟਰ ਮਾਰਚ ਹੈ ਇਹ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ, ਅਤੇ ਨਾਲ ਹੀ ਅਸੀਂ ਜੋ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਨੂੰ ਉਹਨਾਂ ਨੇ ਗੋਲੀ ਨਾਲ ਮਾਰਿਆ ਸੀ ਉਹਦਾ ਵੀ ਰੋਸ ਜਿਤਾਉਣੇ ਹੈਗੇ ਆ। ਇਹ ਸ਼ਕਲਾਂ ਸੂਬਾ ਸੰਯੁਕਤ ਕਿਸਾਨ ਮੋਰਚੇ ਨੇ 22 ਤਰੀਕ ਦੀ ਮੀਟਿੰਗ ਕਰਕੇ ਪੂਰੀਆਂ ਆਪਦਾ 14 ਮਾਰਚ ਨੂੰ ਉਹਨਾਂ ਨੇ ਚੰਡੀਗੜ੍ਹ ਦਿੱਲੀ ਜਾਣ ਦਾ ਵੀ ਪ੍ਰੋਗਰਾਮ ਐਲਾਨਿਆ ਹੈਗਾ, ਅਤੇ ਜੋ ਪਿੰਡਾਂ ਦੇ ਵਿੱਚ ਅਸੀਂ ਮਾਹੌਲ ਤਿਆਰ ਕਰ ਰਹੇ ਹਾਂ ਇਸ ਗੱਲ ਕਰਕੇ ਤਿਆਰ ਕਰ ਰਹੇ ਹਾਂ ਕਿ ਜੋ ਸਾਡੇ ਸਾਥੀ ਸਿੰਘੂ ਅਤੇ ਸੰਭੂ ਅਤੇ ਖਨੌਰੀ ਬਾਰਡਰਾਂ 'ਤੇ ਬੈਠੇ ਹੈ ਉਹਨਾਂ ਨਾਲ ਆਉਣ ਵਾਲੇ ਦਿਨਾਂ 'ਚ ਕੋਈ ਤਾਲਮੇਲ ਦੀ ਸੰਭਾਵਨਾ ਬਣ ਸਕਦੀ ਹੈ, ਅਤੇ ਸਾਡੇ ਜਿਹੜੇ ਆਗੂ ਹੈ ਉਹ ਉਹਨਾਂ ਨਾਲ ਗੱਲਬਾਤ ਕਰਨ ਵਿੱਚ ਜੁਟੇ ਹੋਏ ਹੈ, ਅਤੇ ਦੂਜਾ ਅਸੀਂ ਗਰਾਊਂਡ 'ਤੇ ਅਸੀਂ ਸਾਰੇ ਹੈਗੇ ਹਾਂ। ਸਾਡੇ ਪ੍ਰਧਾਨ ਜੀ ਜੋਗਿੰਦਰ ਸਿੰਘ ਅਗਰਾਹਾਂ ਅਤੇ ਹੋਰ ਜਿਹੜੇ ਉਹਨਾਂ ਨਾਲ ਦੇ ਸਾਥੀ ਹੈ ਉਹ ਅੱਜ ਗਏ ਹੋਏ ਆ ਗੱਲਬਾਤ। ਬਿਲਕੁਲ, WTO ਦਾ ਵਿਰੋਧ ਕੀਤਾ ਜਾ ਰਿਹਾ, ਕਹਿ ਰਹੇ ਆ ਕਿ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ, ਕੁਛ ਲੋਕ ਨੇ ਕਿਸਾਨੀ ਖਤਮ ਕਰਨਾ ਚਾਹੁੰਦੇ ਨੇ। ਟਰੈਕਟਰਾਂ ਦਾ ਮੂੰਹ ਹੈ ਦਿੱਲੀ ਵੱਲ ਸੰਕੇਤਕ ਤੌਰ 'ਤੇ ਮੋੜ ਦਿੱਤਾ ਹੈ, ਕਹਿ ਰਹੇ ਆ ਕਿ ਜਿੰਨੀ ਦੇਰ ਕਿਸਾਨਾਂ ਦੀਆਂ ਮੰਗਾਂ ਨੇ ਉਹ ਪਾਸ ਨਹੀਂ ਹੁੰਦੀਆਂ ਉਨੀ ਦੇਰ ਐਗੀਟੇਸ਼ਨ ਹੈ ਕਿਸਾਨਾਂ ਵੱਲੋਂ, ਉਹ ਲਗਾਤਾਰ ਜਾਰੀ ਰਹੇਗਾ। ਬਠਿੰਡਾ ਅਤੇ ਲਹਿਰਾ ਬੇਗਾ ਟੋਲ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।